ਕਮਾਲ ਦੀ ਗੱਲ, ਮੌਜੂਦਾ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕਿਸ ਤਰੀਕੇ ਨਾਲ ਧੱਜੀਆਂ ਉਡਾਉਂਦੀਆਂ ਨੇ, ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹਨੂੰ ਸੱਦ ਕੇ ਉਹਦੀ ਇੰਟੈਰੋਗੇਸ਼ਨ CIA ਸਟਾਫ ਖਰੜ ਚ ਕਰਨੀ ਸੀ, ਉੱਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ। ਜਿਹਦੀ ਇੰਟੈਰੋਗੇਸ਼ਨ ਕਰਨੀ ਚਾਹੀਦੀ ਸੀ, ਜਿਹੜਾ ਇੱਕ ਖੁਨਖਾਰ ਅਪਰਾਧੀ ਹੈ, ਜਿਹਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ, ਜਿਹਨੇ ਜਿਹਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ, ਜਿਹਨੇ ਸਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਜਾਂ ਦੇ ਰਿਹਾ, ਉਹਦੀ ਕਰਨੀ ਸੀ ਇੰਟੈਰੋਗੇਸ਼ਨ, ਉਹਦੀ ਤਾਂ ਕਰ ਲਈ ਇੰਟਰਵਿਊ। ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ, ਮੂੰਹ ਦੀ ਸਰਕਾਰ ਨੂੰ ਖਾਣੀ ਪਈ ਹੋਵੇ, 3 ਸਾਲ ਚ ਚਲਾਨ ਨਾ ਪੇਸ਼ ਕਰਦੇ ਹੋਣ, ਸੁਪਰੀਮ ਕੋਰਟ ਤੋਂ ਇਹ ਭੱਜ ਕੇ ਆ ਜਾਂਦੇ ਕਿਸੇ ਨਾ ਆਨੇ ਬਾਨੇ, ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟੈਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ। ਇਹ ਤਾਂ ਇਜ਼ ਲਾਅ ਅਬਾਈਡਿੰਗ ਸਿਟੀਜ਼ਨ, ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜ੍ਹੀ ਹਾਂ ਜਿਹੜਾ ਆਉਂਦਾ ਨਹੀਂ। ਮੈਨੂੰ 11 ਵਾਰੀ ਸੱਦ ਲਿਆ, ਤੁਸੀਂ ਇਟਸ ਨੋਟ ਏ ਜੋਕ, ਤੁਸੀਂ ਇਹ ਗੱਲ ਸਮਝੋ, 11 ਵਾਰੀ, 11 ਵਾਰੀ ਚੋਂ 7 ਵਾਰੀ ਮੈਂ ਪੇਸ਼ ਹੋ ਗਿਆ, 4-5 ਸਿੱਟਾਂ ਬਦਲ ਗਈਆਂ ਨੇ। ਸਿੱਟ ਜਿਹੜੀ DGP ਲੈਵਲ ਦੀ ਸੀ, ਅੱਜ ਡਿੱਗ ਕੇ DIG ਲੈਵਲ ਤੇ ਆ ਗਈ ਆ। ਮਗਰ ਧੱਜੀਆਂ ਕਿਵੇਂ ਉਡਾਉਂਦੇ ਆ, ਮਤਲਬ ਸ਼ਰਾਰਤ ਕਿਵੇਂ ਕਰਦੇ ਆ। ਇੱਕ ਵਾਰੀ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਮੁਖਵਿੰਦਰ ਚੀਨਾ ਸਾਹਿਬ ਨੇ 3 ਵਾਰੀ ਮੈਨੂੰ ਸੱਦਿਆ, 2 ਵਾਰੀ ਮੈਂ ਪੇਸ਼ ਹੋਇਆ, ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ। ਇਹ ਮਤਲਬ ਮੇਰੀ, ਤੁਸੀਂ ਵੇਖੋ ਕਿੰਨਾ ਮੈਂ ਲਾਅ ਅਬਾਈਡਿੰਗ ਆ ਇਸ ਕੰਮ 'ਚ। ਮਗਰ ਸ਼ਹੀਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ 'ਚ ਨਾ ਸੱਦਿਓ, ਮੈਨੂੰ ਸੱਦ ਲਿਆ। ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨੋਨ ਕੋਆਪਰੇਸ਼ਨ। ਹੁਣ ਆ SIT ਬਣੀ, ਇਹਨਾਂ ਨੇ ਮੈਨੂੰ 2 ਵਾਰੀ ਸੱਦਿਆ, ਮੈਂ 2 ਵਾਰੀ ਆਇਆ। 3ਜੀ ਵਾਰੀ ਇਹਨਾਂ ਦੀ ਸ਼ਰਾਰਤ ਵੇਖੋ ਕਿ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚੁਨਿਟੀ ਦਿੱਤੀ ਸੀ ਪੇਸ਼ ਹੋਣ ਦੀ। ਹੁਣ ਉਹ ਕੇਸ ਕਿਹਦੇ ਖਿਲਾਫ ਸੀ? ਭਗਵੰਤ ਮਾਨ ਦੇ ਬੈਸਟ ਫਰੈਂਡ ਨਾਲ, ਸੰਜੇ ਸਿੰਘ ਨਾਲ। ਹੁਣ ਪਰਪਸਲੀ ਉਸੇ ਦਿਨ ਮੈਨੂੰ ਸੱਦ ਲਿਆ ਕਿ ਉੱਥੇ ਨਾ ਪਹੁੰਚੇ, ਉਹਦਾ ਕੇਸ 'ਚ ਭਲਾ ਹੋ ਜੇ। ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ SIT ਨੂੰ, ਭੁੱਲਰ ਸਾਹਿਬ ਨੂੰ, ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ, 23 ਤਰੀਕ ਨੂੰ ਕੇਸ ਹੈ, ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ। 18 ਨੂੰ ਸੱਦਣ ਤੋਂ ਬਾਅਦ 20 ਨੂੰ ਫਿਰ ਸੱਦ ਲਿਆ। ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਊਂਗਾ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਊਂ? ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾ ਲੜਾਂ ਕਿਹੜਾ ਵੀ ਚੱਜ ਨਾਲ। ਫਿਰ ਮੈਨੂੰ ਸੱਦਿਆ 30 ਤਰੀਕ ਨੂੰ, 30 ਤਰੀਕ ਨੂੰ ਫਿਰ ਆਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ। ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ, ਉਹਦੇ 'ਚ ਚਾਰਜ ਫਰੇਮ ਹੋਣੇ ਸੀ CM ਨੂੰ ਘੇਰਨ ਦੇ। ਅਤੇ ਮੈਨੂੰ ਇਹ ਗੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ? ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ, ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ, 0 ਵਾਰੀ ਗਏ। ਮਜੀਠੀਏ ਨੂੰ 5 ਸਿੱਟਾਂ ਬਦਲਤੀਆਂ, 11 ਵਾਰੀ ਸੱਦਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ। ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾਂ ਕਰਕੇ, ਔਰ ਇੱਕ ਸ਼ਹੀਦੀ, ਜਿਹੜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ। ਮਗਰ ਅੱਜ ਹਾਲਾਤ ਵੇਖ ਲਓ ਕੀ ਹੈ। ਅੱਜ ਅਖਬਾਰ ਤੁਸੀਂ ਵੀ ਪੜ੍ਹੀ ਆ,
ਇੱਕ ਸਿੱਟ ਤਾਂ ਇਹ ਸਿਆਸੀ, ਮੈਂ ਤਾਂ ਇਹਨਾਂ ਨੂੰ ਕਹਿੰਦਾ ਇੱਥੇ ਐਵੇਂ ਸੱਦ ਦਿਓ, ਸੀਐਮ ਹਾਊਸ ਹੀ ਸੱਦ ਲਿਆ ਕਰੋ, ਭਗਵੰਤੀ ਮੇਰੇ ਜਿਹੜੇ ਚਾਰ ਸਵਾਲ ਕਰਨੇ ਉਹ ਕਰ ਲਵੇ, ਚਾਰ ਮੈਂ ਉਹਨੂੰ ਕਰਨੇ ਮੈਂ ਕਰ ਲੂੰ। ਮਗਰ ਹਾਲਾਤ ਕੀ ਨੇ, ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ ਆ ਬਰਗਰ ਪੀਜੇ, ਲਾਰੈਂਸ ਬਿਸ਼ਨੋਈ ਨੂੰ CIA ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ, ਆਪਣਾ ਜੇਲ੍ਹ ਚੋਂ। ਤੇ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਅਫਸਰ ਨੇ ਜਿਹਦੀ ਪੁੱਛਗਿੱਛ ਕੀਤੀ, ਹਜ਼ਾਰ ਪੁਲਿਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ, ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ। ਫਿਰ ਤੁਸੀਂ ਦੂਜੀ ਗੱਲ ਵੇਖੋ, ਹਾਈ ਕੋਰਟ ਨੂੰ ਮਿਸਲੀਡ ਕੀਤਾ। ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ, ਉਹ ਸਿੱਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ। ਉੱਥੇ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ, ਹਾਈ ਕੋਰਟ ਦੀ ਸਿੱਟ ਬਣੀ, ਪ੍ਰਬੋਧ ਕੁਮਾਰ ਜੀ DGP ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ CIA 'ਚ ਹੋਈ। ਹੁਣ ਖਰੜ CIA 'ਚ ਇੰਟਰਵਿਊ ਹੋਵੇ, ਹੋਮ ਮਿਨਿਸਟਰ ਭਗਵੰਤ ਮਾਨ ਹੋਵੇ, ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ, ਤੇ ਫਿਰ ਭਗਵੰਤ ਮਾਨ ਨਹੀਂ ਜ਼ਿੰਮੇਵਾਰ। ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ DGP ਨੇ ਵੀ ਕਿਹਾ ਸੀ, ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ, ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗੌਰਵ ਯਾਦਵ ਨੇ ਨਹੀਂ ਕਿਹਾ, ਗੌਰਵ ਯਾਦਵ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ। ਭਗਵੰਤ ਮਾਨ ਨੇ ਆਪ ਕਿਹਾ, ਤਿੰਨ ਵਜ਼ੀਰ ਖਲੋਤੇ ਉਹਦੇ ਨਾਲ, ਔਜਲਾ ਸਾਹਿਬ MP ਖਲੋਤੇ ਆ, ਧਾਲੀਵਾਲ ਸਾਹਿਬ ਖਲੋਤੇ ਆ, ਨਿੱਜਰ ਸਾਹਿਬ ਖਲੋਤੇ ਆ, ਇਹ ਤਿੰਨ ਚਾਰ ਵਜ਼ੀਰਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ DGP ਨੇ ਦੱਸ ਤਾਂ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ। ਤੇ ਹੁਣ ਦੱਸਣ ਕੀ ਚੀਫ ਮਿਨਿਸਟਰ ਆਪ ਦੀ ਕੁਰਸੀ 'ਚ ਬਣੇ ਰਹਿ ਸਕਦੇ ਅੱਜ ਤੋਂ ਬਾਅਦ, ਜਿਹੜਾ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਦਡਰਾਅ ਕਰੇ, ਉਹਨੂੰ ਮਰਵਾਉਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਵੇ, ਔਰ ਫਿਰ ਉਹਦੀਆਂ ਇੰਟਰਵਿਊ ਕਰਾਵੇ, ਉਹਨੂੰ ਚੀਫ ਗੈਸਟ ਬਣਾਵੇ, ਸਟੇਟ ਗੈਸਟ ਬਣਾਵੇ। ਉਹਨੇ ਲਾਅ ਐਂਡ ਆਰਡਰ ਕੀ ਸਾਹਮਣੀ, ਅੱਜ NHAI ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ, ਗਡਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ। ਐਜੂਕੇਸ਼ਨ ਦਾ RTE 'ਚ, ਰਾਈਟ ਟੂ ਐਜੂਕੇਸ਼ਨ 'ਚ, ਇਹ ਤਾਂ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਹੈ। ਲਾਅ ਐਂਡ ਆਰਡਰ ਦਾ ਕੋਈ ਹਾਲਾਤ ਨਹੀਂ, ਰੋਜ਼ ਚੋਰੀਆਂ, ਫਰੌਤੀਆਂ, ਡਕੈਤੀਆਂ, ਮਤਲਬ ਇਹ ਤਾਂ ਹਾਲਾਤ ਬਣੇ ਆ। ਉਹਦੇ ਵੱਲ ਕੋਈ ਧਿਆਨ ਨਹੀਂ, ਸਿਆਸੀ ਬਦਲਾਖੋਰੀ, ਕੱਲਾ ਇੱਕ ਮਿਸ਼ਨ ਰਹਿ ਗਿਆ, ਭਗਵੰਤ ਮੰਤਰੀਓ ਕਰਾਵੇ, ਉਹਨੂੰ ਚੀਫ ਗੈਸਟ ਬਣਾਵੇ, ਸਟੇਟ ਗੈਸਟ ਬਣਾਵੇ। ਉਹਨੇ ਲਾਅ ਐਂਡ ਆਰਡਰ ਕੀ ਸਾਹਮਣੀ, ਅੱਜ NHAI ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ, ਗਡਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ। ਐਜੂਕੇਸ਼ਨ ਦਾ RTE 'ਚ, ਰਾਈਟ ਟੂ ਐਜੂਕੇਸ਼ਨ 'ਚ, ਇਹ ਤਾਂ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਹੈ। ਲਾਅ ਐਂਡ ਆਰਡਰ ਦਾ ਕੋਈ ਹਾਲਾਤ ਨਹੀਂ, ਰੋਜ਼ ਚੋਰੀਆਂ, ਫਰੌਤੀਆਂ, ਡਕੈਤੀਆਂ, ਮਤਲਬ ਇਹ ਤਾਂ ਹਾਲਾਤ ਬਣੇ ਆ। ਉਹਦੇ ਵੱਲ ਕੋਈ ਧਿਆਨ ਨਹੀਂ, ਸਿਆਸੀ ਬਦਲਾਖੋਰੀ, ਕੱਲਾ ਇੱਕ ਮਿਸ਼ਨ ਰਹਿ ਗਿਆ, ਭਗਵੰਤ ਮਾਨ, ਲੰਡਾ, ਇਹ ਜਿੰਨੇ ਗੈਂਗਸਟਰ ਰੱਜ ਕੇ ਗੋਲੀਆਂ ਮਾਰਨ, ਫਰੌਤੀਆਂ ਲੈਣ, ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ, ਉੱਥੇ ਇੰਟੈਰੋਗੇਸ਼ਨ ਨਹੀਂ ਹੋਊ। ਤੇ ਜਿਹਨਾਂ ਦੀ ਬਣਦੀ ਨਹੀਂ ਗੈਰ ਕਾਨੂੰਨੀ ਕੰਮ ਹੈ, ਉਹਨੂੰ ਰੋਜ਼ ਸੱਦ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ। ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਸਿਆਂ, ਮੈਂ ਪਹਿਲਾਂ ਵੀ ਤੇਰੇ ਚਿੱਤੜੇ ਪਰੋਲਦਾ ਰਿਹਾ, ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਹਾ, ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ, ਮੈਂ ਉਦੋਂ ਹੀ ਕਿਹਾ ਸੀ ਪੰਜਾਬ 'ਚ ਹੋਈ ਆ ਇੰਟਰਵਿਊ, ਔਰ ਅੱਜ ਉਹ ਸਾਬਿਤ ਹੋ ਗਈ ਆ। ਮੈਂ ਇਹ ਜੇ ਕੰਮ ਜੋ ਭਗਵੰਤ ਮਾਨ ਗੈਰ ਕਾਨੂੰਨੀ ਕਰੂ, ਉਹਨੂੰ ਬੇਨਕਾਬ ਕਰਦਾ ਰਹੂੰ,
ਹਾਂ ਉਹਦੇ ਪਰਿਵਾਰ ਨਾਲ ਵੀ ਖਲੋਂਦਾ ਰਹੂੰ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ, ਮਗਰ ਜੇ ਭਗਵੰਤ ਮਾਨ ਨੂੰ ਭੁਲੇਖਾ ਮਜੀਠੀਏ ਨੂੰ ਦੱਬ ਲਓ, ਮਜੀਠੀਏ ਇਹ ਜੇ ਸ਼ਰਾਬੀ ਕੋਲੋਂ ਤਾਂ ਨਹੀਂ ਦੱਬਿਆ ਜੀ ਸਰ। ਸੰਮਨ ਭੇਜਣ ਤੋਂ ਪਹਿਲਾਂ 18 ਤਰੀਕ ਸੰਮਨ ਤੋਂ ਪਹਿਲਾਂ ਹਾਈਕੋਰਟ ਦੇ ਵਿੱਚ ਸੰਮਨ ਵਾਪਸ ਲੈ ਲਿੱਤੇ ਗਏ ਸੀਗੇ, ਦੁਬਾਰਾ ਭੇਜੇ ਉਸਦੇ ਵਿੱਚ ਉਹ ਵੀ ਵੇਖ ਲਓ ਸ਼ਰਾਰਤ। ਮੈਨੂੰ ਸੰਮਨ ਭੇਜਦੇ ਆ, ਮੈਂ ਚੈਲੰਜ ਕਰਦਾ ਆਨਰੇਬਲ ਹਾਈ ਕੋਰਟ, ਹਾਈ ਕੋਰਟ 'ਚ ਜਾ ਕੇ ਹੱਥ ਜੋੜ ਕੇ ਭੱਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ, ਅਸੀਂ ਆਪਦੇ ਸੰਮਨ ਵਾਪਸ ਲੈ। ਮਗਰ ਫਿਰ ਜਦ ਮੈਂ ਮਾੜੀ ਜਿਹੀ ਚੂੜੀ ਫੇਰ ਵੜਦਾ, ਮਾੜੀ ਜਿਹੀ ਚੂੜੀ ਫੇਰ ਕੱਸਦਾ ਸੀ ਐਮ ਦੀ, ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ। ਇਸ ਲਈ ਮੇਰਾ ਸਿੱਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ, ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ, ਤੇ ਫੇਰ ਸਵਾਦ ਆਊ ਦੋ ਦੋ ਹੱਥ ਦੀ। ਹੁਣ ਮੈਂ ਜਾਇਆ ਵਾ, ਹੈ ਬੜਾ ਕੁਛ ਲਿਆਇਆ, ਇਹ ਤਾਂ ਆਪ ਉੱਥੇ ਹਾਈ ਕੋਰਟ 'ਚ ਕਹਿ ਕੇ ਆਏ ਕਿ ਨਹੀਂ ਅਸੀਂ ਤਾਂ ਗਲਤੀ ਹੋ ਗਈ, ਅਸੀਂ ਇਹ ਤਾਂ ਕੁਛ ਨਹੀਂ ਲੈਣਾ, ਇਹ ਬੋਲ ਕੇ ਆਏ ਆ ਉੱਥੇ। ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ, ਨਹੀਂ ਤਾਂ ਜਿਵੇਂ ਪ੍ਰਬੋਧ ਕੁਮਾਰ ਵਰਗੇ ਅਫਸਰ ਵੀ ਇੱਥੇ ਨੇ ਜਿਹਨਾਂ ਨੇ ਜਿਹੜੀ ਪੁਰਾਣੀ ਸਿੱਟ ਨੇ ਗਲਤ ਕੰਮ ਕੀਤਾ, ਉਹਨਾਂ ਦੇ ਚਿਹਰੇ ਹਾਈ ਕੋਰਟ 'ਚ ਬੇਨਕਾਬ ਕਰਦੇ, ਤੇ ਫਿਰ ਮੇਰੀ ਵੀ ਮਜਬੂਰੀ ਹੋਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ 'ਚ ਜਾ ਜਾ ਝੂਠ ਬੋਲ ਰਹੇ ਹੋ। ਉਹਨਾਂ ਅਫਸਰਾਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਉਡਾ ਰਹੇ ਨੇ, ਉਹਨਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ, ਫਿਰ ਨਾ ਉੱਕੇ।